ਸ਼ਾਬਾਸ਼ ਹੈਦਰੀ ਭਾਈ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਤੁਹਾਡੀਆਂ ਜ਼ਿੰਦਗੀਆਂ ਬਿਸਮਿਲ੍ਲਾ ਕਰਾਂ ਭਾਈ ਬਿਸਮਿਲ੍ਲਾ ਕਰਾਂ ਮੈਂ ਤਾਂ ਆਵੇ ਰਾਮ ਵੀ ਬਿਸਮਿਲ੍ਲਾ ਕਰਾਂ ਫਿਰ ਸੁਣਾ ਮੇਰਾ ਭਾਈ ਗੱਲ ਬੋਲੋ ਹੈਦਰੀ ਜ਼ਿੰਦਗੀਆਂ ਨੇ ਭਾਈ ਕਿਆ ਬਾਤ ਹੈ ਜ਼ਿੰਦਗੀਆਂ ਨੇ ਸਦਾ ਸਲਾਮਤ ਵਸਦੇ ਰਹੋ ਮੇਰੇ ਪਾਸੇ ਵਿਖਿਆ ਮੈਂ ਪਿਆਦਾ ਮੈਂ ਜ਼ਾਮਿਨ ਆ ਜ਼ਮਾਨਤ ਮਖਦੂਮਾਂ ਦੇਵੇ ਤੇ ਚਾਚਾ ਜੀ ਜਿਸ ਬੀਬੀ ਦੀ ਜਿਸ ਅਜ਼ਾਦਾਰ ਮਾਤਮੀ ਦੀ ਜ਼ਮਾਨਤ ਮਖਦੂਮਾਂ ਦੇਵੇ ਉਹ ਕਿਹਦਾ ਖੁਸ਼ ਕਿਸਮਤ ਕਿਹਦਾ ਮੁਕਦਰਾ ਲਿਖੋ ਸੀ ਤੁਹਾਡੀ ਜ਼ਿੰਦਗੀ ਹੋਏ ਸਦਾ ਸਲਾਮਤ ਰਹੋ ਖੁਸ਼ ਬੈਠੋ ਜੀ ਚਾਚਾ ਜੀ ਚਾਚਾ ਮਿਸਮ ਸਦਾ ਸਲਾਮਤ ਰਹੋ ਇੱਕ ਮਿਲ ਕੇ ਸਲਵਾਤ ਪੜੋ ਵਸਦੇ ਰਹੋ ਤੁਹਾਡੀਆਂ ਜ਼ਿੰਦਗੀਆਂ ਹਨ ਮਾਂ ਹੁਸੈਨ ਦੀ ਤੁਹਾਡੇ ਉੱਤੇ ਰਾਜ਼ੀ ਹੋਏ ਕਿਉਂਕਿ ਅੱਜ ਮੈਂ ਲੇਟ ਹੋ ਗਿਆ ਕੱਲ੍ਹ ਇਨਸ਼ਾਅੱਲਾ ਮੈਂ ਰਾਈਟ 8:30 ਮਿੰਬਰ 'ਤੇ ਹੋ ਸਾਂ ਕਿਉਂਕਿ ਅੱਜ ਵਕਤ ਇਤਨਾ ਬੱਚਾ ਕਾਫੀ ਲੇਟ ਹੋ ਗਈ ਹੈ ਜ਼ਿੰਦਗੀ ਬਾਕੀ ਮੁਲਾਕਾਤ ਬਾਕੀ ਅਤੇ ਮੈਂ ਚਾਚਾ ਜੀ ਐਲਾਨ ਵੀ ਕੀਤਾ ਸਭ ਮਾਤਮੀਆਂ ਅਜ਼ਾਦਾਰਾਂ ਨੂੰ ਗੁਜ਼ਾਰਿਸ਼ ਵੀ ਕੀਤੀ ਹੈ ਰਾਈਟ ਕੱਲ੍ਹ 8:30 ਸਾਰੇ ਤਸ਼ਰੀਫ ਲੈ ਆਵੇ ਤੁਹਾਡੀ ਜ਼ਿੰਦਗੀ ਹੋਵੇ ਮਾਂ ਹੁਸੈਨ ਦੀ ਤੁਹਾਡੇ ਉੱਤੇ ਰਾਜ਼ੀ ਹੋਵੇ ਬਸ ਬਈ ਇੱਜ਼ਤ ਬੜੀ ਥੀ ਮੁਸੀਬਤ ਵੀ ਬੜੀ ਥੀ ਅਲੀ ਦੀਆਂ ਜੀਆਂ ਤੁਹਾਡੇ ਉੱਤੇ ਰਾਜ਼ੀ ਹੋਣ ਜਿਹੜਾ ਮੁਕਾਣ ਦੀ ਨੀਅਤ 'ਤੇ ਆਇਆ ਤੂੰ ਕੋਸ਼ਿਸ਼ ਕਰਨਾ ਮੇਰੇ ਸੈਣ ਤੇਰੀ ਮੁਕਾਣ ਕਬੂਲ ਕਰਿਆ ਰੋਵਣ ਦੇ ਦਿਹਾੜੇ ਨੇ ਚਾਚਾ ਜੀ ਚਾਚਾ ਮਿਸਮ ਜਿਤਨਾ ਜ਼ਦਾਰ ਬਿੱਟੋ ਮੌਲਾ ਦੀ ਕਸਮ ਮੁਹਰਮ ਦਾ ਚੈਨ ਚੜੇ ਤੂੰ ਇਹ ਨਾ ਸੋਚਿਆ ਕਰ ਵੀ ਜ਼ਾਕਰ ਪੜੇ ਤੇ ਮੈਂ ਰੋਵਾਂ ਮਰਹਬਾ ਇਹ ਅਜ਼ਾਦਾਰ ਹੈ ਮੌਲਾ ਦੀ ਕਸਮ ਤੂੰ ਇਹ ਸੋਚਿਆ ਨਾ ਕਰ ਵੀ ਜ਼ਾਕਰ ਪੜੇ ਤੇ ਮੈਂ ਰੋਵਾਂ ਜਾਂ ਕਿਸੇ ਜ਼ਾਕਰ ਦਾ ਇੰਤਜ਼ਾਰ ਕਰੇ ਤੇ ਯਾਰ ਵੀ ਜ਼ਾਕਰ ਆਵੇ ਤੇ ਮੈਂ ਰੋਵਾਂ ਨਾ ਮੇਰਾ ਭਾਈ ਤੂੰ ਜਿੱਥੋਂ ਆਵੇ ਤੈਨੂੰ ਪਤਾ ਲੱਗੇ ਲੋਕ ਤੇਰੇ ਕੋਲ ਪੁੱਛਣ ਵੀ ਯਾਰ ਤੂੰ ਹੋਇਆ ਕਿ ਤੂੰ ਲੋਕਾਂ ਦੱਸਾਂਵੇਂ ਇਹ ਉਹ ਚੰਨ ਚੜਿਆ ਜਿਸ ਚੰਨ ਵਿੱਚ ਸਾਡਾ ਬੜਾ ਵੱਡਾ ਨੁਕਸਾਨ ਹੋ ਗਿਆ ਮਰਹਬਾ ਇਹ ਉਹ ਚੰਨ ਚੜਿਆ ਜਿਸ ਚੰਨ ਵਿੱਚ ਸਾਡਾ ਬੜਾ ਵੱਡਾ ਨੁਕਸਾਨ ਹੋਇਆ ਬਸ ਅੱਖ ਜਾਣੇ ਅਲੀ ਦੀ ਉਹ ਧੀ ਜਾਣੇ ਜਿਹੜੀ ਸ਼ਾਂਤ ਕਾਦੀ ਦੀ ਕੋਈ ਤਾਂ ਹੋਇਆ ਜਿਹੜਾ ਆਖਿਆ ਹਾਲ ਯਾ ਤੇਰੇ ਵੀਰਾਂ ਦੇ ਵੱਡੇ ਅਰਮਾਨ ਮਰਹਬਾ ਮੁੱਕ ਗਈ ਤਮਹੀਦ ਜਿੱਥੇ ਜਿੱਥੇ ਬੈਠੇ ਮੇਰੇ ਪਾਸੇ ਵੇਖੀ ਖੜੀ ਸਾਇਲ ਬਣ ਕੇ ਧੀ ਮੈਂ ਹਾਏ ਮਰਹਬਾ ਕੁਛ ਕਰਨਾ ਖੜੀ ਸਾਇਲ ਬਣ ਕੇ ਹਾਏ ਓ ਧੀ ਮੈਂ ਤੇ ਗਾਏ ਸੰਗ ਦਿਲ ਦਾ ਦਰਬਾਰ ਖੜਾ ਚੁੱਪ ਕਰਕੇ ਖੜਾ ਹਾਏ ਜੀ ਕੋਈ
ਬੈਠੀ ਸਨਦ ਦੇ ਪੁਰੇ ਲੈ ਚੁਣਦੇ ਪੈਰੋਂ ਦੇ ਸੁਪੁੱਤਰ ਮਰਹਬਾ ਮਰਹਬਾ ਲਈ ਦਿੰਦੀਆਂ ਤੁਹਾਡੇ ਤੇ ਰਾਜ਼ੀ ਹੁਣ ਸ਼ਰਮਾ ਕੇ ਨਾ ਰੋ ਮਰਹਬਾ ਮੈਂ ਤੇਰਾ ਨੌਕਰ ਆਂਦਾ ਪਿਆ ਖੜੀ ਸਾਇਲ ਬਣ ਕੇ ਦੀ ਮੈੜੀ ਤੇ ਗਾਏ ਸੰਗ ਦਿਲ ਦਾ ਦਰਬਾ ਦੋ ਪੁੱਤਰ ਗਵਾ ਇਸ ਨਾਲ ਫਿਜ਼ਾਵਾ ਖੜਾ ਚੁੱਪ ਕਰ ਗਏ ਤੁਹਾਡੇ ਤੇ ਰਾਜ਼ੀ ਹੋਣ ਬੜਾ ਸੋਹਣਾ ਇਸਤਕਬਾਲ ਗੀਤ ਚੜ ਪਿਆ ਭਜਨ ਦਾ ਰਮਜ਼ਾਨ ਦੀ ਮੇਰੇ ਸੈਣ ਖਦੀਜਾ ਦਾ ਆਖਰੀ ਵੇਲਾ ਸਰਕਾਰੇ ਮੁਹੰਮਦ ਮੁਸਤਫਾ ਦੀ ਝੋਲੀ ਚ ਮੇਰੇ ਸੈਣ ਦਾ ਸਰ ਸਰਕਾਰੇ ਮੁਹੰਮਦ ਮੁਸਤਫਾ ਦੀ ਆਵਾਜ਼ ਖਦੀਜਾ ਤੇਰਾ ਆਖਰੀ ਵੇਲਾ ਮੈਂ ਮੁਹੰਮਦ ਦੀ ਹਸਰਤ ਹੈ ਕੁਛ ਮੰਗ ਮੈਂ ਤੈਨੂੰ ਡੇਵਾਂ ਉਸ ਵੇਲੇ ਮੇਰੇ ਸੈਣ ਦੀ ਆਵਾਜ਼ ਅੱਲਾ ਦੇ ਨਬੀ ਮੈਂ ਕਿਆ ਮੰਗਣਾ ਉਸ ਵੇਲੇ ਭਜਨ ਸਰਕਾਰ ਮੁਹੰਮਦ ਮੁਸਤਫਾ ਦੀ ਆਵਾਜ਼ ਨਹੀਂ ਖਦੀਜਾ ਮੈਂ ਮੁਹੰਮਦ ਦੀ ਹਸਰਤ ਹੈ ਤੂੰ ਕੁਛ ਮੰਗ ਮੈਂ ਤੈਨੂੰ ਡੇਵਾਂ ਤੂੰ ਮਲਿਕਾ ਤੁਲ ਅਰਬਾਵੇ ਜਦੋਂ ਦੀ ਮੇਰੇ ਘਰ ਆਏ ਕਈ ਕਈ ਦਿਨਾਂ ਦੇ ਫਾਕੇ ਡਿੱਠਿਆ ਨੇ ਮੇਰੇ ਘਰ ਆ ਕੇ ਦਰਖਤਾਂ ਦੇ ਪੱਤੇ ਖਾਧਿਆ ਨੇ ਉਸ ਵੇਲੇ ਭਜਨ ਸਰਕਾਰ ਮੁਹੰਮਦ ਮੁਸਤਫਾ ਦੀ ਆਵਾਜ਼ ਖਦੀਜਾ ਅੱਜ ਮੈਂ ਮੁਹੰਮਦ ਦੀ ਹਸਰਤ ਕੁਛ ਮੰਗ ਉਸ ਵੇਲੇ ਮੇਰੀ ਸੈਣ ਦੀ ਆਵਾਜ਼ ਅੱਲਾ ਦੇ ਨਬੀ ਮੰਗਦੀ ਕੁਝ ਨਾ ਬਸ ਇੱਕ ਮਿੰਨਤ ਕਰਨਾ ਚਾਹੁੰਦੀ ਆ ਉਸ ਵੇਲੇ ਮੇਰੇ ਸਾਰ ਰੁਨੇ ਰੋ ਕੇ ਜਿਹੜੀ ਮੇਰੇ ਸਾਰ ਨੇ ਗੱਲ ਕੀਤੀ ਹੈ ਰੋ ਕੇ ਆਦੀ ਹੈ ਕੀਤੀ ਵਸੀਅਤ ਰੋ ਕੇ ਕਰੀ ਜਾ ਸਲਵਾਤ ਪੜ੍ਹੋ ਵਾਲੇ ਮੁਹੰਮਦ ਇਜ਼ਾਦ ਸ਼ਾਹ ਸਾਹਿਬ ਹੁਕਮਾਈ
ਮੈਂ ਐਲਾਨ ਕਰ ਦੇਵਾਂ, ਕੱਲ੍ਹ ਠੀਕ 9 ਵਜੇ ਮੈਂਬਰੇ ਪਾਕ 'ਤੇ ਮੈਂ ਹਾਜ਼ਰ ਹੋਵਾਂਗਾ ਔਰ ਜਨਾਬ ਦੇ ਜ਼ਿਆਰਤ ਚਿਹਰਿਆਂ ਦੀ ਜ਼ਿਆਰਤ ਕਰਾਂਗਾ। ਕੱਲ੍ਹ ਠੀਕ 9 ਵਜੇ ਮਿਲ ਕੇ ਆਲੇ ਮੁਹੰਮਦ ਦੀ ਜ਼ਾਤ 'ਤੇ ਸਲਵਾਤ ਪੜ੍ਹੋ। ਅਸੀਂ ਉਹਨਾਂ ਦੇ ਮੰਨਣ ਵਾਲੇ ਹਾਂ, ਬੁਰਾ ਨਾ ਮਨਾਉਣਾ। ਜਿਹੜੇ 14 ਨੇ ਤਾਂ ਵੀ ਇੱਕ ਨੇ, ਬਾਹਰਾਂ ਨੇ ਤਾਂ ਵੀ ਇੱਕ ਨੇ, ਫਰਕ ਕੋਈ ਨਹੀਂ। ਐਡੇ ਬਜ਼ੁਰਗ ਇੱਥੇ ਬੈਠੇ ਨੇ, ਇਹ ਬੱਚੇ ਬੈਠੇ ਨੇ, ਜ਼ਰਾ ਇੱਥੇ ਅੱਗੇ ਆ ਜਾਓ, ਮਜਲਸ ਦਾਇਰਾ ਹੁਸੈਨ ਹੈ, ਇੱਥੇ ਆ ਜਾਓਗੇ ਜ਼ਰਾ ਇੱਕ ਮਾਹੌਲ ਬਣ ਜਾਏਗਾ। ਜਿਹੜੇ ਆਸ ਪਾਸ ਬੈਠੇ ਨੇ ਇੱਥੇ ਆ ਜਾਓ ਜ਼ਰਾ। ਇਮਾਮ ਹੁਸੈਨ ਦਾ ਜ਼ਿਕਰ ਇਹ ਜ਼ਿਕਰ ਇਕੱਠਾ ਕਰਦਾ ਹੈ, ਅਤੇ ਸਾਨੂੰ ਖਿੰਡ ਕੇ ਨਹੀਂ ਬਵਣਾ ਚਾਹੀਦਾ। ਬੱਚੇ ਬੈਠੇ ਜ਼ਰਾ ਇੱਥੇ ਅੱਗੇ ਅੱਗੇ ਆ ਜਾਓ, ਸਲਵਾਤ ਪੜ੍ਹੋ ਮਿਲ ਕੇ ਆਲੇ ਮੁਹੰਮਦ ਇਜ਼ਾਦ। ਮੌਲਾ ਇਹ 10 ਦਿਨ ਦੀ ਸਫੇ ਅਜ਼ਾ ਵਿਛਾਈ, ਸਾਦਾਤ ਉਜ਼ਾਮ ਦੀ ਇਹ ਫੋੜੀ ਵਿਛਾਈ, ਸਖੀ ਹੁਸੈਨ ਦੀ ਮਾਂ ਔਰ ਸੁਲਤਾਨ ਜ਼ਮਾਨਾ ਆਪਣੀ ਬਾਰਗਾਹ ਕਬੂਲ ਓ ਮਨਜ਼ੂਰ ਫਰਮੈ। ਸਾਦਿਕ ਆਲੇ ਮੁਹੰਮਦ ਦਾ ਫਰਮਾਨ ਹੈ, ਅਗਰ ਦੁਆ ਮੰਗਾਈ ਵੰਜੇ ਦੇ ਇਲਾਹੀ ਅਮੀਨੋ ਆਖੋ ਤਾਂ ਦੁਆ ਕਬੂਲ ਨਹੀਂ ਹੁੰਦੀ। ਇਸ ਵਾਸਤੇ ਮੈਂ ਤੁਹਾਡੇ ਵਾਸਤੇ ਦੁਆ ਪਵਾਂਗਾ ਨਾ ਤੁਹਾਡਾ ਟੁਰਾਵਣਾ। 10 ਦਿਨ ਦਾ ਸਫੇ ਅਜ਼ਾ ਅਤੇ ਸਖੀ ਹੁਸੈਨ ਦੀ ਮਾਂ ਨੂੰ ਪੁਰਸਤ ਦੇਣਾ ਸਹਿਣ ਕਬੂਲ ਫਰਮਾ। ਮੈਨੂੰ ਸਹੀ ਮਾਨਿਆਂ 'ਚ ਜ਼ਿਕਰ ਕਰਨ ਦੀ ਤੌਫੀਕ ਦੇਵੇ, ਤੁਹਾਨੂੰ ਸਹੀ ਮਾਨਿਆਂ 'ਚ ਸੁਣਨ ਦੀ ਤੌਫੀਕ ਦੇਵੇ। ਮੈਂ ਇੱਥੇ 12 ਜ਼ਿਲ੍ਹਾ 'ਚ ਪੜ੍ਹ ਗਿਆ ਸਾਹਿਬ, ਗੁਜ਼ਾਰਿਸ਼ ਕੀਤੀ ਸੀ, ਹੁਸੈਨ ਮੇਰਾ ਇਸ਼ਕੇ, ਕੋਈ ਦੁਨੀਆਦਾਰੀ ਨਹੀਂ, ਕੋਈ ਸ਼ੌਹਰਤ ਤੋਂ ਦੌਲਤ ਨਹੀਂ, ਮਕਸਦ ਇਹ ਦਿਨ ਐਸੇ ਨੇ, ਨਮਾਜ਼ ਏ ਹੁਸੈਨ। ਤੁਹਾਡਾ ਟੁਰ ਆਇਆ ਮੇਰੀ ਸਹਿਣ ਕਬੂਲ ਫਰਮਾਵੇ। ਮੇਰਾ ਪੜਿਆ ਸਾਦਾਤ ਦੀ ਫੋੜੀ ਵਿਛਾਈ, ਮੁਅਜ਼ਮਾ ਆਪਣੀ ਬਾਰਗਾਹ ਕਬੂਲ ਓ ਮਨਜ਼ੂਰ ਫਰਮਾਵੇ। ਇਲਾਹੀ ਅਮੀਨ ਉੱਚੀ ਆਖੋ, ਆਖਰੀ ਬੰਦਿਆਂ ਨਹੀਂ ਆਖੀ, ਮੌਲਾ ਫਰਮਾਉਂਦੇ ਨੇ ਅਗਰ ਦੁਆ ਮੰਗਾਈ ਵੀ ਤਾਂ ਇਲਾਹੀ ਅਮੀਨ ਆਖਣੀ ਚਾਹੀਦੀ। ਮਿਲ ਕੇ ਆਲੇ ਮੁਹੰਮਦ ਦੀ ਜ਼ਾਤ 'ਤੇ ਉੱਚੀ ਸਲਵਾਤ ਪੜ੍ਹੋ। ਕਿਆ ਕਹਿੰਦੇ, ਟਾਈਮ ਨੋਟ ਕਰ ਲਏ, ਕਿਆ ਕਹਿੰਦੇ, ਬਹੁਤ ਬੜਾ ਅਮਲ ਏ ਆਲੇ ਮੁਹੰਮਦ ਦੀ ਜ਼ਾਤ 'ਤੇ ਸਲਵਾਤ ਪੜ੍ਹਨਾ। ਮੈਂ ਹਰ ਰੋਜ਼ ਆਉਣਾ ਸਿਰਫ ਤੁਹਾਡੇ ਚਿਹਰਿਆਂ ਦੀ ਜ਼ਿਆਰਤ ਕਰਨ ਵਾਸਤੇ, ਬੱਲੇ ਬੱਲੇ ਵਾਸਤੇ ਨਹੀਂ, ਕਿਉਂਕਿ ਕੁਰਾਨ ਦਾ ਫੈਸਲਾ ਹੈ, ਜਿਹੜੇ ਅਮਾਲਾਂ ਦਾ ਦਾਰਮਦਾਰ ਹੈ ਉਹ ਨੀਤਾਂ 'ਤੇ। ਮੈਂ ਸਿਰਫ ਤੁਹਾਡੇ ਚਿਹਰਿਆਂ ਦੀ ਜ਼ਿਆਰਤ ਕਰਨ ਆਉਣਾ ਹੈ ਔਰ ਮੈਨੂੰ ਸਾਦਾਤ ਦਾ ਹੁਕਮ ਆਈ। ਇਸ ਵਾਸਤੇ ਮੇਰੇ ਨਾਲੋਂ ਤੁਸੀਂ ਅਫਜ਼ਲ ਹੋ, ਕਿਉਂਕਿ ਅਜ਼ਾਦਾਰ ਦੀ ਜੁੱਤੀ ਮੇਰੇ ਸਿਰ ਦਾ ਤਾਜ ਹੈ, ਜਿਹੜਾ ਹੁਸੈਨ ਦੇ ਪੁੱਤਰ ਤੋਂ ਸਖੀ ਹੁਸੈਨ ਦਾ ਜ਼ਿਕਰ ਖਲੂਸ ਨੀਅਤ ਨਾਲ ਸੁਣਦਾ। ਇਸ ਵਾਸਤੇ ਮੈਂ ਤੁਹਾਡੇ ਚਿਹਰਿਆਂ ਦੀ ਜ਼ਿਆਰਤ ਕਰਨੀ, ਬਹੁਤ ਬੜਾ ਅਮਲ ਏ ਆਲੇ ਮੁਹੰਮਦ ਦੀ ਜ਼ਾਤ 'ਤੇ ਸਲਵਾਤ ਪੜ੍ਹਨਾ। ਕਿਆ ਏ ਸਲਵਾਤ ਸਲਾਮ ਕੋ ਪੜ੍ਹ ਪੜ੍ਹ ਕੇ ਗੁਫਤਾਰ ਕੇ ਕਾਬਿਲ ਹੋ ਜਾਏ। ਜਿਹੜੇ ਬੰਦੇ ਨੇ ਮੇਰੇ ਕਿਤੇ ਨਹੀਂ ਸਮਝੋ, ਸਲਵਾਤ ਫਿਰ ਉੱਚੀ ਪੜ੍ਹਨਾ, ਸਲਵਾਤ ਸਲਾਮ ਕੋ ਪੜ੍ਹ ਪੜ੍ਹ ਕੇ ਗੁਫਤਾਰ ਕੇ ਕਾਬਿਲ ਹੋ ਜਾਏ, ਹਮ ਜ਼ਿਕਰ ਅਲੀ ਕੇ ਉਮਦਾ ਤਰ ਕਿਰਦਾਰ ਕੇ ਕਾਬਿਲ ਹੋ ਜਾਏ। ਯੇ ਆਸ਼ਕ ਨਹੀਂ ਆਂਖੋਂ ਕਾ ਵਜ਼ੂ, ਹਮ ਅਕਸਰ ਇਸ ਲਈ ਕਰਤੇ ਹੈ, ਸਰਕਾਰ ਮੁਹੰਮਦ ਮਹਦੀ ਕੇ ਦੀਦਾਰ ਕੇ ਕਾਬਿਲ ਹੋ ਜਾਏ। ਮੇਰੀ ਗੁਜ਼ਾਰਿਸ਼ ਹੈ ਆਪਣੇ ਜ਼ਮਾਨੇ ਦੇ ਇਮਾਮ ਦੇ ਜ਼ਿਕਰ 'ਚ ਬੋਲਿਆ ਕਰੋ। ਅਸੀਂ ਇਸ ਮੁਹੰਮਦ ਦੇ ਪਿੱਛੇ ਉਠੀਵਣਾ ਹੈ ਅਤੇ ਬੋਲਣਾ ਚਾਹੀਦਾ, ਜ਼ਾਕਰਾਂ ਨੂੰ ਜ਼ੀਨਤ ਦੇਣੀ ਚਾਹੀਦੀ ਇਹਦੇ ਜ਼ਿਕਰ ਨਾਲ, ਮੋਮਿਨ ਨੂੰ ਇਹਦੇ ਜ਼ਿਕਰ 'ਚ ਬੋਲਣਾ ਚਾਹੀਦਾ, ਕਿਉਂਕਿ ਜ਼ਮਾਨੇ ਦੇ ਬਾਹਰ ਵਾਲੇ ਸੁਣਨ ਵਾਲੇ ਨੂੰ ਪਤਾ ਲੱਗੇ ਕਿ ਇਮਾਮ ਜ਼ਮਾਨਾ ਦੀ ਅਜ਼ਮਤ ਕਿਆ ਹੈ। ਇਸ ਵਾਸਤੇ ਤੁਹਾਡਾ ਟੁਰਾਇਆ ਕਬੂਲ ਫਰਮਾਵੇ। ਸਹਿਣ ਮੇਰਾ ਭਰਾ ਬੈਠਾ ਮੌਲਾ ਦੇ ਪਿਓ ਦਰਜਾਤ ਬੁਲੰਦ ਫਰਮਾਵੇ, ਇਹਨਾਂ ਦਾ ਵੀ ਟੁਰਾਇਆ ਕਬੂਲ ਫਰਮਾਵੇ।
ਨਾਰੇ ਤਕਬੀਰ ਨਹੀਂ, ਸ਼ਹੀਦ ਹੱਕ ਕੀ ਸਦਾ ਲਾ ਇਲਾਹ ਇਲੱਲਾ, ਪਿਆਮੇ ਕਰਵਲਾ ਲਾ ਇਲਾਹ ਇਲੱਲਾ, ਯੇ ਔਰ ਬਾਤ ਕਟੀ ਗਰਦਨੇ ਬਹੱਤਰ ਕੀ, ਜਹਾਂ ਮੈਂ ਬਚ ਤੋ ਗਿਆ ਲਾ ਇਲਾਹ ਇਲੱਲਾ। ਐਡਾ ਮੁਸ਼ਕਿਲ ਤੌਹੀਦ ਬਚਾਈਏ ਅਲੀ ਅਕਬਰ ਦੇ ਬਾਬੇ, ਇਸ ਵਾਸਤੇ ਮਿਲ ਕੇ ਤੌਹੀਦ ਦਾ ਨਾਰਾ ਸੁਣਾਓ। ਨਾਰਾ ਤਕਬੀਰ, ਕਿਆ ਕਹਿੰਦੇ, ਨਾਰਾ ਰਿਸਾਲਤ, ਨਾਰਾ ਹੈਦਰੀ, ਹੈਦਰੀ ਖਤਮ ਕੁਰਾਨ ਦਾ ਸਵਾਬ ਹੈ ਤੁਹਾਡੇ ਨਜ਼ਲ ਬਲਾਗਾ ਦੇ ਖਾਲਕ ਮਾਲਕ ਦਾ ਨਾਂ ਚਾਹੁਣਾ, ਹੈਦਰੀ ਅਲਮਾ ਕੁਲ ਵਲੀ ਅਕਲ ਹੁਜਾਉ ਤਿਬਨਿਲ ਹਸਨ ਸਲਵਾ ਦੁਆ ਵਾਲਾ ਫਿਆਜ਼ ਜ਼ਾਦੇ